दिल करे देखदार वा किन्ना सोना तेनू रब ने बनाया, दिल मुड़दा नी लख समझाया, मुड़दा नी लख समझाया, दिल करे देखदार वा किन्ना सोना तेनू रब ने बनाया। बहुत है जी। इस तो अलावा कोई होर गाना है जो बहुत पसंद हो? रणजीत बाबा ने बड़े कैट लगते हैं सिंगर भी, मतलब बड़े फोर्स नाल गाते हैं जो फोक सिंगिंग दे विच चाहिए अजकल। उन्होंने गाना है साडी वारी नाल जो मैं वॉइस ऑफ पंजाब दे विच भी गाया सी। दैट्स ऑल। हो अज लेखा नाल वैर किते लगदे ना पैर, अज कमरे च बंद कल जित लूंगा शहर, ओ जड़े ज्यादा अहंकार कर गए हो मेरे वीरे साडी वारी आउण दे, वेख लंगी तकदीरे असी बन जाणा हीरे साडी वारी आउण दे, वेख लंगी तकदीरे असी बन जाणा हीरे साडी वारी आउण दे। तरुण जी कदे नहीं सोचा कि मैं भी अपना गाना रिलीज कराया कैसे बुलाऊं? हाँ जी, मेरा है चलता पिया काम मेरे गाने का, और भजन मेरा शुरुआत में भजन तो करना चाहता, मतलब कि शुभ काम तो शुरू किया जाए जो रिकॉर्डिंग चल रही है मेरे, और गाने की उस तो बाद करा जो आप मतलब लोगों का प्यार मिलने लग गया भी कोई है सिंगर इदा का भी जो गा सकता है, और बस भजन का काम चल रहा अपना थोड़े दिनों हो जाए। ਤੁਸੀਂ ਕਹਿੰਦੇ ਤੁਹਾਡੇ ਫਾਦਰ ਸਾਹਿਬ ਵੀ ਸਿੰਗਰ ਹੈ, ਉਹਨਾਂ ਦਾ ਕੋਈ ਗਾਣਾ ਤੁਹਾਨੂੰ ਬਹੁਤ ਪਸੰਦ ਹੋਵੇ? ਉਹਨਾਂ ਦਾ ਗਾਣਾ ਸੀਗਾ, ਉਹਨਾਂ ਦੀ ਇੱਕ ਸੀਡੀ ਆਈ ਸੀ ਕਿ ਦਿਲ ਟੁੱਟਿਆ ਯਾਰਾਂ ਦਾ। ਦਿਲ ਟੁੱਟਿਆ ਸੋਹਣੀਏ ਨੀ, ਦਿਲ ਟੁੱਟਿਆ ਯਾਰਾਂ ਦਾ, ਦਿਲ ਟੁੱਟਿਆ ਸੋਹਣੀਏ ਨੀ, ਦਿਲ ਟੁੱਟਿਆ ਯਾਰਾਂ ਦਾ, ਚੁੱਪ ਕਰਕੇ ਕੌਣ ਦੀ ਲੰਘ ਜਾਂਦੀ ਹਾਂ, ਕਦੇ ਹਾਲ ਨੀ ਪੁੱਛਦੀ ਯਾਰਾਂ ਦਾ, ਦਿਲ ਟੁੱਟਿਆ ਸੋਹਣੀਏ ਨੀ, ਦਿਲ ਟੁੱਟਿਆ ਯਾਰਾਂ ਦਾ। ਤਰੁਣ ਜੀ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਖਾਸ ਨੂੰ ਸਿੱਖਦੇ ਰਹੇ, ਹਾਂਜੀ, ਅਤੇ ਅਗਾਂਹ ਤੁਹਾਡੀ ਜਿਹੜੀ ਫਿਊਚਰ ਪਲੈਨਿੰਗ ਹੈ ਉਹ ਕੀ ਕੀਤੀ ਹੋਈ ਹੈ ਬਾਰੇ ਕੀ ਕਰਨਾ ਚਾਹੁੰਦੇ ਹੋ? ਫਿਊਚਰ ਪਲੈਨਿੰਗ ਦੇ ਵਿੱਚ ਮੈਂ ਸਿੰਗਰ, ਮੇਰਾ ਸੁਪਨਾ ਇਹ ਹੈ ਕਿ ਮੈਂ ਸਿੰਗਰ ਬਣਾ ਜੀ। ਸਭ ਤੋਂ ਪਹਿਲਾਂ ਤਾਂ ਸਿੱਖਦਾ, ਸਿੱਖਣਾ ਬਹੁਤ ਜ਼ਰੂਰੀ ਗੱਲ ਹੈ, ਸੁਰ ਗਿਆਨ, ਔਰ ਗੁਰੂ ਜੀ ਤੋਂ ਜੋ ਵੀ ਸਿੱਖਿਆ ਮੈਂ ਜੋ ਵੀ ਸੁਰ ਲੈਂਦਾ ਗਿਆਨ ਲੈਂਦਾ ਜੋ ਵੀ ਗੁਰੂ ਜੀ ਨੇ ਸਿਖਾਇਆ ਮੈਨੂੰ, ਔਰ ਉਸੇ ਸ਼ਿਕਸ਼ਾ ਨੂੰ ਅੱਗੇ ਲੈ ਕੇ ਜਾਂਦਾ ਹੋਇਆ ਮੈਂ ਹੁਣ ਗਾਂ ਸੋਚ ਲਿਆ ਕਿ ਮੈਂ ਗਾਣਾ ਕੋਈ ਕਰਾਂ, ਕੋਈ ਭਜਨ ਕਰਾਂ, ਔਰ ਬਸ ਇਸੇ ਤਰ੍ਹਾਂ ਹੀ ਜੇ ਗਾਂ ਆਪਣੇ ਲੋਕਾਂ ਦਾ ਪਿਆਰ ਮਿਲਦਾ ਰਿਹਾ ਆਪਾਂ ਫਿਰ ਅੱਗੇ ਇਸੇ ਤਰ੍ਹਾਂ। ਤਰੁਣ ਜੀ ਇਸ ਤਰ੍ਹਾਂ ਲੱਗ ਰਿਹਾ ਕਿ ਅੱਜ ਕੱਲ੍ਹ ਬੋਰਡ ਲੱਗੀ ਹੋਈ ਸਿੰਗਰਾਂ ਦੀ, ਇੱਟ ਪੱਟੋ ਸਿੰਗਰ ਨਿਕਲ ਜਾਂਦਾ, ਬਹੁਤ ਸਿੰਗਰ ਆ ਰਹੇ ਹੈ, ਅਤੇ ਗਾਇਕੀ ਵੀ ਇੰਨੀ ਗੰਦੀ ਹੋ ਰਹੀ ਹੈ, ਇੰਨੀ ਕੂੜਗਾਗੀ ਹੋ ਰਹੀ ਹੈ ਕਿ ਦਰਸ਼ਕ ਬਹੁਤ ਪਸੰਦ ਨਹੀਂ ਕਰਦੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਅੱਜ ਕੱਲ੍ਹ ਲੋਕ ਇਹੋ ਜਿਹੇ ਸੁਣਦੇ ਆ, ਮਤਲਬ ਆਪਾਂ ਕਿਸੇ ਸਿੰਗਰ ਨੂੰ ਮਾੜਾ ਨਹੀਂ ਕਹਿ ਸਕਦਾ ਮੈਂ ਜੀ, ਸਿੰਗਰ ਸਾਰੇ ਵਧੀਆ ਨੇ, ਔਰ ਲੋਕ ਜਿਹੋ ਜਿਹਾ ਅੱਜ ਕੱਲ੍ਹ ਸੁਣਦੇ ਆ ਉਹ ਕੋਈ ਸਿੰਗਰ ਮਤਲਬ ਕੋਈ ਆਪਾਂ ਉਹੀ ਗੱਲ ਹੋ ਗਈ, ਅੱਡ ਚੱਕੇ ਤਾਂ ਸਿੰਗਰ ਬਣ ਜਾਂਦਾ ਬੰਦਾ, ਅਤੇ ਬਸ ਜਿਹਨੂੰ ਗਾਉਣਾ ਵੀ ਨਹੀਂ ਆਉਂਦਾ ਉਹ ਕੈਸਟ ਕਰੀ ਜਾਂਦਾ, ਮਤਲਬ ਗਾਣੇ ਕਰੀ ਜਾਂਦਾ ਵਾ, ਉਹ ਸਟਾਰ ਬਣ ਜਾਂਦਾ ਆ, ਬਸ ਕੁਝ ਸਿੱਖਣਾ ਵੀ ਚਾਹੀਦਾ ਵਾ। ਬਸ ਮੈਂ ਇਹੀ ਚਾਹੂੰਗਾ ਕਿ ਲੋਕਾਂ ਨੂੰ ਅੱਜ ਕੱਲ੍ਹ ਦੇ ਜਿਹੜੇ ਲੋਕ ਸਿੰਗਿੰਗ ਭੁੱਲ ਗਏ, ਜੋ ਪਹਿਲਾਂ ਸਿੰਗਿੰਗ ਚੱਲਦੀ ਸੀ ਅੱਜ ਕੱਲ੍ਹ ਨਹੀਂ ਚੱਲਦੀ, ਮੈਂ ਇਹੀ ਚਾਹੂੰਗਾ ਅੱਜ ਕੱਲ੍ਹ ਦੇ ਸਿੰਗਰਾਂ ਨੂੰ, ਜੋ ਵੀ ਮਤਲਬ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਅਤੇ ਵੀ ਜੋ ਵੀ ਅੱਜ ਕੱਲ੍ਹ ਚੱਲ ਰਿਹਾ ਉਹ ਬੰਦ ਕੀਤਾ ਜਾਵੇ, ਬੰਦ ਨਹੀਂ ਕੀਤਾ ਜਾਵੇ, ਜੋ ਲੋਕ ਅੱਜ ਕੱਲ੍ਹ ਸੁਣਦੇ ਪਏ ਆ ਤਾਂ ਹੀ ਅੱਜ ਕੱਲ੍ਹ ਲੋਕ ਸਟਾਰ ਬਣ ਰਹੇ ਆ, ਬਸ ਇੱਦਾਂ ਹੀ ਆ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਲੱਚਰ ਗਾਇਕੀ ਹੈ ਉਹ ਖਤਮ ਕਰਨੀ ਆਪ ਕੀ ਕਰ ਸਕਦੇ ਹਾਂ? ਲੱਚਰ ਗਾਇਕੀ ਕਰਨ ਵਾਸਤੇ ਤਾਂ ਸਰਕਾਰ ਨੇ ਵੀ ਕੁਛ ਨਹੀਂ ਕੀਤਾ, ਆਪਾਂ ਕੀ ਕਰ ਸਕਦੇ ਹਾਂ? ਸਰਕਾਰ ਨੇ ਬਹੁਤ ਮਤਲਬ ਕਿ ਆਪਣੇ ਵੱਲੋਂ ਜੋ ਵੀ ਐਫਰਟ ਸੀਗੇ ਉਹਨਾਂ ਨੇ ਆਪਣੇ ਵੱਲੋਂ ਐਫਰਟਸ ਲਾਇਆ, ਮਤਲਬ ਆਪਾਂ ਨਹੀਂ ਕੁਛ ਕਰ ਸਕਦੇ ਤਾਂ ਸਰਕਾਰ ਨਹੀਂ ਕੁਛ ਕਰ ਸਕਦੀ ਤਾਂ ਆਪਾਂ ਤਾਂ ਅਗਲੀ ਗੱਲ ਵੀ ਕੁਛ ਨਹੀਂ ਕਰ ਸਕਦੇ। ਲੱਚਰ ਗਾਇਕੀ ਦਾ ਅੱਜ ਕੱਲ੍ਹ ਆਹੀ ਕੁਛ ਚੱਲੀ ਜਾਂਦਾ ਹੈ, ਲੱਚਰ ਗਾਇਕੀ ਚੱਲਦੀ ਹੈ ਅੱਜ ਕੱਲ੍ਹ ਕੁਛ ਨਹੀਂ ਹੁੰਦਾ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਬੜੇ ਸੋਹਣੇ ਸੋਹਣੇ ਸਿੰਗਰ ਹੈ, ਉਹ ਕਿਹੜੇ ਸਿੰਗਰ ਜਿਹੜੇ ਪੰਜਾਬੀ ਸਿੰਗਰ ਤੁਹਾਨੂੰ ਬਹੁਤ ਪਸੰਦ ਹੈ? ਜਿਵੇਂ ਮਾਨ ਸਾਹਿਬ ਹੋ ਗਏ, ਸੁਖਵਿੰਦਰ ਸਿੰਘ ਜੀ ਹੋ ਗਏ, ਹੋਰ ਵੀ ਬੜੇ ਸਿੰਗਰ ਆ, ਤੁਹਾਨੂੰ ਕਿਹੜੇ ਪਸੰਦ ਹੈ? ਸਭ ਤੋਂ ਪਹਿਲਾਂ ਤੁਸੀਂ ਆਪ ਹੀ ਨਾਮ ਲੈਣਾ ਮਾਨ ਸਾਹਿਬ ਜੀ, ਔਰ ਅੱਜ ਕੱਲ੍ਹ ਜਿਹੜੇ ਚੱਲ ਰਹੇ ਨੇ ਸਰਦਾਰ ਵਾਲੇ ਜੀ, ਔਰ ਬਸ ਆਪਣੇ ਲਖਵਿੰਦਰ ਵਡਾਲੀ ਜੀ, ਮਾਸਟਰ ਸਲੀਮ ਜੀ, ਫਿਰੋਜ਼ ਖਾਨ ਜੀ,
ਇਹ ਸਾਰੇ ਮੇਰੇ ਫੇਵਰਿਟ ਸਿੰਗਰ ਨੇ ਮਤਲਬ ਇਹਨਾਂ ਨੂੰ ਕਹਿੰਦਾ ਸਾਥੀ ਤੁਹਾਨੂੰ ਸੂਫੀ ਹਾਂਜੀ ਮੈਨੂੰ ਸੂਫੀ ਜ਼ਿਆਦਾ ਸੁਣਨ ਦੀ ਜ਼ਿਆਦਾ ਮਤਲਬ ਯਾਰ ਮਤਲਬ ਇਹੋ ਜਿਹੇ ਸਿੰਗਰ ਸੁਣਨ ਦੀ ਆਦਤ ਹੈ ਜੋ ਸੁਰੀਲੇ ਗਾਉਂਦੇ ਆ ਮਤਲਬ ਕਿ ਜਿਹੜੇ ਅੱਜ ਕੱਲ੍ਹ ਲੋਕ ਨਹੀਂ ਸੁਣਦੇ ਸੂਫੀ ਗਾਉਂਦੇ ਨੇ ਫਿਰ ਸੂਫੀ ਮੈਂ ਗਾਉਂਦਾ ਨਹੀਂ ਹਾਂਜੀ ਗਾ ਕੇ ਸੁਣਾਓ ਸੂਫੀ ਗਾ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਤੁਹਾਨੂੰ ਜਾਗਰੂਕ ਕਰਨ ਜਾਣੇ ਹਾਂਜੀ ਤੇ ਉੱਥੇ ਕਿਵੇਂ ਲੱਗਦਾ ਵੀ ਜਾ ਕੇ ਮਹਿਸੂਸ ਹੁੰਦਾ ਕੀ ਫੀਡਬੈਕ ਮਿਲਦਾ ਲੋਕਾਂ ਤੋਂ ਜਾਗਰਣ ਦੇ ਵਿੱਚ ਤਾਂ ਫੀਡਬੈਕ ਬਹੁਤ ਵਧੀਆ ਮਿਲਦਾ ਜਿਵੇਂ ਸ਼ੁਰੂ ਤੋਂ ਤਾਂ ਜਾਗਰਣ ਕਰਦੇ ਆਏ ਆ ਔਰ ਪਾਪਾ ਵੀ ਜਾਗਰਣ ਕਰਦੇ ਨੇ ਔਰ ਮਤਲਬ ਸ਼ੁਰੂ ਤੋਂ ਜਿੱਥੋਂ ਮੈਂ ਗਾਣਾ ਸ਼ੁਰੂ ਕੀਤਾ ਵਾ ਜਾਗਰ ਤੋਂ ਹੀ ਗਾਣਾ ਸ਼ੁਰੂ ਕੀਤਾ ਮਤਲਬ ਮੈਨੂੰ ਅੱਜ ਕੱਲ੍ਹ ਬਹੁਤ ਪਿਆਰ ਮਿਲ ਰਿਹਾ ਨਵਾਂ ਸਿੰਗਰ ਜਦੋਂ ਉੱਠਦਾ ਮੈਂ ਦੇਖਦਾ ਹੈ ਨਵੀਆਂ ਭੇਟਾਂ ਸੁਣਦਾ ਤੋ ਓਬਵੀਅਸਲੀ ਗੱਲ ਕੀ ਪਿਆਰ ਮਿਲਦੀ ਲਿਖਣ ਦਾ ਵੀ ਸ਼ੌਕ ਹੈਗਾ ਮੈਨੂੰ ਸਿਰਫ ਗਾਉਣ ਦਾ ਹੀ ਸ਼ੌਕ ਹੈ ਜੋ ਮਤਲਬ ਪੰਜਾਬੀ ਦੇ ਵਿੱਚ ਮੈਨੂੰ ਮੌਕਾ ਮਿਲਿਆ ਮੈਨੂੰ ਓਡੀਸ਼ਨ ਦਾ ਪਤਾ ਲੱਗਿਆ ਵੀ ਵੋਇਸ ਆਫ ਪੰਜਾਬ 9 ਦੇ ਓਡੀਸ਼ਨ ਹੋ ਰਹੇ ਨੇ ਲੁਧਿਆਣੇ ਵਿੱਚ ਤੋ ਮੇਰਾ ਫਰੈਂਡ ਸੀ ਮੇਰੇ ਨਾਲ ਮੈਂ ਰਾਤ ਨੂੰ ਕਿਹਾ ਕਿ ਅਜੇ ਸ਼ਰਮਾ ਔਰ ਉਹ ਮੇਰੇ ਨਾਲ ਸੀਗਾ ਮਤਲਬ ਉਹਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਵੋਇਸ ਆਫ ਪੰਜਾਬ ਓਡੀਸ਼ਨ ਚੱਲਦੇ ਪਏ ਆ ਤਾਂ ਮੈਂ ਉਹਨੂੰ ਕਿਹਾ ਕਿ ਨਹੀਂ ਯਾਰ ਮੈਂ ਨਹੀਂ ਜਾਣਾ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਕਿਹਾ ਮੇਰੇ ਕੋਲ ਪੈਸੇ ਵਗੈਰਾ ਵੀ ਹੈ ਮੈਂ ਕਿਹਾ ਤੁਹਾਨੂੰ ਐਟ ਟਾਈਮ ਦੱਸ ਦਿਆ ਮੈਂ ਕਿਹਾ ਮੈਨੂੰ ਫਿਰ ਤੋਂ ਜਾਇਆ ਨਹੀਂ ਜਾਣਾ ਉਹ ਕਹਿੰਦਾ ਵੀ ਰਾਤ ਨੂੰ ਮੈਂ ਫੋਨ ਕੱਟ ਕੇ ਸੌਂ ਗਿਆ ਰਾਤ ਨੂੰ ਮੈਨੂੰ 10:30-11 ਵਜੇ ਦਾ ਫੋਨ ਆ ਗਿਆ ਮੇਰਾ ਅਤੇ ਸੁਬਹ ਮੈਨੂੰ ਫੋਨ ਕੀਤਾ ਮੈਂ ਉਹਨੂੰ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਚਲ ਛੇਤੀ ਤਿਆਰ ਹੋ ਗਿਆ ਕਹਿੰਦਾ ਮੈਂ ਜਾਣਾ ਮੈਂ ਕਿਹਾ ਯਾਰ ਮੈਨੂੰ ਰਾਤ ਨੂੰ ਕਹਿੰਦਾ ਸੀਗਾ ਕਿ ਮੈਂ ਨਹੀਂ ਜਾਣਾ ਅਤੇ ਕਹਿੰਦਾ ਮੈਂ ਤੈਨੂੰ ਲੈਣ ਵਾਸਤੇ ਆ ਰਿਹਾ ਵਾਂ ਤੂੰ ਛੇਤੀ ਤਿਆਰ ਹੋ ਜਾ ਕਹਿੰਦਾ ਪੈਸੇ ਦੇ ਆ ਕਿ ਕੋਈ ਗੱਲ ਨਹੀਂ ਕਹਿੰਦਾ ਤੇਰਾ ਓਡੀਸ਼ਨ ਮੈਂ ਦਵਾਉਣਾ ਹੀ ਦਵਾਉਣਾ ਫਿਰ ਉਹ ਧੱਕੇ ਨਾਲ ਆਇਆ ਮੇਰੇ ਘਰ ਮੈਨੂੰ ਲੈ ਕੇ ਗਿਆ ਸੁਬਹਾ ਸੁਬਹਾ 5:30-6 ਵਜੇ ਮੈਨੂੰ ਉਠਾ ਕੇ ਲੈ ਕੇ ਗਿਆ ਮਤਲਬ ਤਿਆਰ ਹੋ ਕੇ ਚਲੇ ਗਏ ਸੀ ਲੁਧਿਆਣੇ ਔਰ ਉੱਥੇ ਲੁਧਿਆਣੇ ਅਜੇ ਸ਼ਰਮਾ ਨੇ ਨਹੀਂ ਦਿੱਤਾ ਓਡੀਸ਼ਨ ਉਹ ਕਹਿੰਦਾ ਤੂੰ ਤੋੜ ਦੇ ਓਡੀਸ਼ਨ ਦੇ ਅਤੇ ਮੈਂ ਓਡੀਸ਼ਨ ਦਿਆ ਮੇਰਾ ਲੁਧਿਆਣੇ ਦਾ ਓਡੀਸ਼ਨ ਕਲੀਅਰ ਹੋ ਗਿਆ ਉੱਥੇ ਮਤਲਬ ਜੱਜਿਸ ਨੇ ਬਹੁਤ ਵਧੀਆ ਕਮੈਂਟ ਦਿੱਤੇ ਮੈਨੂੰ ਅਤੇ ਮੈਂ ਵੀ ਓਡੀਸ਼ਨ ਲਈ ਤਿਆਰ ਸੀਗਾ ਫਿਰ ਮੈਂ ਜਲੰਧਰ ਦੇ ਵਿੱਚ ਮੈਂ ਓਡੀਸ਼ਨ ਦੇ ਵਿੱਚ ਗਾਇਆ ਫਿਰ ਉਦੋਂ ਮੇਰੇ ਨਾਲ ਉਹ ਨਹੀਂ ਸੀਗਾ ਮੈਨੂੰ ਬੜਾ ਫੀਲ ਹੋਇਆ ਮੈਂ ਕਿਹਾ ਜਿਹੜਾ ਮੇਰੇ ਨਾਲ ਪਹਿਲੇ ਓਡੀਸ਼ਨ ਦੇ ਵਿੱਚ ਹੈਗਾ ਬੰਦਾ ਉਹ ਮੇਰੇ ਨਾਲ ਨਹੀਂ ਹੈਗਾ ਅਤੇ ਫਿਰ ਮੈਂ ਮੈਗਾ ਓਡੀਸ਼ਨ ਦੇ ਵਿੱਚ ਇਕੱਲਾ ਹੀ ਸੀਗਾ ਮਤਲਬ ਮੇਰੇ ਫੁੱਫਾ ਜੀ ਸੀਗਾ ਜਲੰਧਰ ਮੇਰੇ ਫੁੱਫਾ ਜੀ ਦੇ ਨਾਲ ਅਤੇ ਮੇਰਾ ਛੋਟਾ ਬ੍ਰਦਰ ਸੀਗਾ ਵਿਸ਼ੂ ਔਰ ਉਹ ਮੈਂ ਉਹ ਮੇਰੇ ਨਾਲ ਹੀ ਸੀ ਕਹਿੰਦੇ ਵੀ ਤੂੰ ਚਲੋ ਅਸੀਂ ਤੇਰੇ ਨਾਲ ਚੱਲਦੇ ਹਾਂ ਅਤੇ ਮੈਂ ਓਡੀਸ਼ਨ ਦਿੱਤਾ ਓਡੀਸ਼ਨ ਦੇਣ ਤੋਂ ਬਾਅਦ ਉੱਥੇ ਓਡੀਸ਼ਨ ਦੇ ਵਿੱਚ ਮੈਂ ਵਧੀਆ ਗਾਇਆ ਗਿਆ ਉੱਥੇ ਮੈਨੂੰ ਸਿਲੈਕਟ ਕਰ ਲਿਆ ਉਹਨੇ ਅਤੇ ਟੋਪ 21 ਦੇ ਵਿੱਚ ਮੇਰਾ ਨਾਮ ਆ ਗਿਆ ਅਤੇ ਬਾਅਦ 'ਚੋਂ ਅਸੀਂ ਮਤਲਬ ਜਦੋਂ ਘਰ ਆਇਆ ਘਰਦਿਆਂ ਨੇ ਬੜੀ ਖੁਸ਼ੀ ਮਨਾਈ ਵੀ ਮੈਨੂੰ 3-4 ਸਾਲ ਹੋ ਗਏ ਮਤਲਬ ਓਡੀਸ਼ਨ ਦਿੰਦਿਆਂ ਨੂੰ ਵੀ ਕਲੀਅਰ ਹੋਊਗਾ ਚਲੋ ਮਾਤਾ ਰਾਣੀ ਨੇ ਸੁਣੀ ਕਲੀਅਰ ਹੋ ਗਿਆ ਫਿਰ ਦਿੱਲੀ ਗਏ ਨੋਇਡਾ ਦੇ ਵਿੱਚ ਸ਼ੂਟਿੰਗ ਚੱਲਦੀ ਪਈ ਸੀ ਔਰ ਉੱਥੇ ਸ਼ੂਟਿੰਗ ਦੇ ਵਿੱਚ ਉਹਨਾਂ ਨੇ ਤਿਆਰੀ ਕਰਵਾਈ ਵਧੀਆ ਔਰ ਮੈਂ ਸੁਪਨਾ ਸੀਗਾ ਮੇਰਾ ਕਿ ਮੈਂ ਵੋਇਸ ਆਫ ਪੰਜਾਬ ਦੇ ਵਿੱਚ ਇੱਕ ਵਾਰੀ ਗਾ ਕੇ ਆਵਾਂ ਮੈਨੂੰ ਇੱਕ ਵਾਰੀ ਨਹੀਂ ਗਾਉਂਦਾ ਮੌਕਾ ਮਿਲਿਆ ਮੈਨੂੰ 4 ਵਾਰੀ ਗਾਉਣ ਦਾ ਮੌਕਾ ਮਿਲਿਆ ਮੈਂ ਬਹੁਤ ਖੁਸ਼ ਨਸੀਬ ਹਾਂ ਮੈਨੂੰ ਮਤਲਬ ਅੱਜ ਕੱਲ੍ਹ ਨਹੀਂ ਮਤਲਬ ਕੋਈ ਨਹੀਂ ਮਿਲਦਾ ਇੱਦਾਂ ਦਾ ਪਲੇਟਫਾਰਮ ਵੀ ਕੋਈ ਵਧੀਆ ਸਿੰਗਰ ਨੂੰ ਕੋਈ ਮਤਲਬ ਇਹੋ ਜਿਹਾ ਪਲੇਟਫਾਰਮ ਮਿਲੇ ਅਤੇ ਮੇਰੇ ਮੰਮੀ ਡੈਡੀ ਬੜੇ ਖੁਸ਼ ਹੋਏ ਅਤੇ 4 ਐਪੀਸੋਡ ਕੀਤੇ ਮੈਨੂੰ ਬੜੀ ਖੁਸ਼ੀ ਹੈ ਮੈਂ ਇੰਨੇ 'ਚ ਬਹੁਤ ਖੁਸ਼ ਹਾਂ ਮੈਂ ਮਤਲਬ ਹੁਣ ਇਸੇ ਤਰ੍ਹਾਂ ਮੈਨੂੰ ਲੋਕ ਜਾਣਨ ਲੱਗ ਗਏ ਚੱਲ ਰਿਹਾ ਆਪਣਾ ਸਿੱਖਣ ਦਾ ਬਹੁਤ ਮਿਲਿਆ ਹੋਣਾ ਸਿੱਖਣ ਵਾਸਤੇ ਬਹੁਤ ਮਿਲਿਆ ਹੋਣਾ ਹਾਂਜੀ ਹਾਂਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਵੇਂ ਫਰੈਂਡ ਮਿਲੇ ਸੁਰਿੰਦਰ ਬੱਚਨ ਜੀ ਸੀਗਾ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਜੋ ਫਰੈਂਡ ਨਵੇਂ ਬਣੇ ਨੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਕਈ ਮੇਰੇ ਕੋਲ ਸੀਨੀਅਰ ਵੀ ਸੀਗੇ ਜੂਨੀਅਰ ਵੀ ਸੀਗੇ ਜੂਨੀਅਰ ਤੋਂ ਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀਨੀਅਰ ਤੋਂ ਹੀ ਬਹੁਤ ਮਤਲਬ ਜਿਹੜੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸਾਰੇ ਮਤਲਬ ਇੱਕੋ ਜਿਹੇ ਸੀਗੇ ਕੋਈ ਸੀਨੀਅਰ ਜੂਨੀਅਰ ਦਾ ਕੰਮ ਨਹੀਂ ਸੀ ਪਹਿਲਾ ਗਾਣਾ ਜਿਹੜਾ ਤੁਸੀਂ ਸਿਲੈਕਟ ਹੋਏ ਓਡੀਸ਼ਨ 'ਚ ਉਹ ਕਿਹੜਾ ਸੀ ਜਿਹੜਾ ਗਾਇਆ ਉਹ ਮੈਂ ਸੁਣਾਇਆ ਸੀ ਕਿੰਨਾ ਸੋਹਣਾ ਤੇ ਬੜਾ ਬੋਲਦਾ ਉਹ ਗਾਣਾ ਸੀ ਹਾਂਜੀ ਉਹ ਗਾਣਾ ਗਾਇਆ ਮੈਂ ਸਿਲੈਕਟ ਹੋ ਗਿਆ ਨੈਕਸਟ ਰਾਊਂਡ ਲਈ
ਬੀਟ ਰਾਉਂਡ ਲਈ ਫਿਰ ਮੈਂ ਗਾਇਆ ਵੋਇਸ ਆਫ ਪੰਜਾਬ ਦੇ ਵਿੱਚ, ਫਿਰ ਬੀਟ ਰਾਉਂਡ ਦੇ ਵਿੱਚ ਸੀ ਮੇਰਾ ਆਪਣਾ ਰਣਜੀਤ ਬਾਵੇ ਦਾ ਸੌਂਗ ਗਾਇਆ ਸੀ ਨਾ ਸਾਡੀ ਵਾਲੇ ਗਾਉਂਦੇ, ਪਰ ਉੱਥੋਂ ਮੈਂ ਡੇਂਜਰ ਜ਼ੋਨ ਦੇ ਵਿੱਚ ਚਲਾ ਗਿਆ। ਡੇਂਜਰ ਜ਼ੋਨ 'ਚ ਜਾਣ ਤੋਂ ਬਾਅਦ ਫਿਰ ਮੈਨੂੰ ਇੱਕ ਹੋਰ ਮੌਕਾ ਮਿਲਿਆ ਵੀ ਇੱਕ ਆਪਣਾ ਕਲੀਅਰ ਡੇਂਜਰ ਜ਼ੋਨ ਕਲੀਅਰ ਕਰਨ ਵਾਸਤੇ। ਉੱਥੋਂ ਡੇਂਜਰ ਜ਼ੋਨ ਦੇ ਵਿੱਚੋਂ ਨਿਕਲ ਕੇ ਫਿਰ ਮੈਂ ਅਗਲੇ ਰਾਊਂਡ ਦੇ ਵਿੱਚ ਫੋਰ ਰਾਊਂਡ ਦੇ ਵਿੱਚ ਗਿਆ, ਪਰ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ, ਫਿਰ ਜੋ ਖਾਣ ਪੀਣ ਦਾ ਥੋੜ੍ਹਾ ਜਿਹਾ ਪਰਹੇਜ ਨਹੀਂ ਰਿਹਾ ਅਤੇ ਦਵਾਈ ਵਗੈਰਾ ਦਾ ਉੱਥੇ ਸੀਗਾ ਪਰ ਉੱਥੇ ਅਸਰ ਨਹੀਂ ਕੀਤਾ ਦਵਾਈ ਨੇ, ਮਤਲਬ ਸੌਣ ਦਾ ਪੀਣ ਦਾ ਬਹੁਤ ਜ਼ਿਆਦਾ ਹੋ ਗਿਆ ਸੀ। ਅਤੇ ਬੀਟ ਰਾਊਂਡ ਤੋਂ ਬਾਅਦ ਮੇਰਾ ਫੋਕ ਰਾਊਂਡ ਆ, ਫੋਕ ਰਾਊਂਡ ਮੇਰੇ ਤੋਂ ਵਧੀਆ ਗਾਇਆ ਨਹੀਂ ਗਿਆ ਡੀ ਹੋ ਗਿਆ। ਉਸ ਤੋਂ ਬਾਅਦ ਹੁਣ ਵੀ ਤੁਹਾਡੇ ਪਲੈਨ ਹੈ ਕਿ ਗਾਹ ਮਿਸ਼ਨ ਦੇਣੇ ਗਾਹ ਜਾਣਾ? ਹਾਂਜੀ, ਹੁਣ ਮੇਰਾ ਪਲੈਨ ਇਹੀ ਹੈ ਕਿ ਮੈਂ ਗਾਹ ਇੰਡੀਅਨ ਆਈਡਲ ਦੇ ਵਿੱਚ, ਰਾਈਜ਼ਿੰਗ ਸਟਾਰ ਦੇ ਵਿੱਚ ਜਾਂ ਵੋਇਸ ਇੰਡੀਆ ਦੇ ਵਿੱਚ ਮੈਂ ਟਰਾਈ ਕਰਾਂ। ਹੋਰ ਤਿਆਰੀ ਚੱਲਦੀ ਪਈ ਹੈ, ਬਸ ਅੱਗੇ ਇੱਦਾਂ ਹੀ ਗਿਆ। ਅੱਜ ਕੱਲ੍ਹ ਪੰਜਾਬ ਵਿੱਚ ਨਸ਼ਾ ਜਿਹੜਾ ਹੈ ਚਿੱਟਾ ਬਹੁਤ ਜ਼ਿਆਦਾ ਵੱਧ ਰਿਹਾ, ਨੌਜਵਾਨ ਪੀੜ੍ਹੀ ਕੀ ਦੇਖ ਕਹਿਣਾ ਚਾਹੁੰਦੇ? ਨੌਜਵਾਨ ਪੀੜ੍ਹੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਕੋਈ ਕਿਸੇ ਨੂੰ ਰੋਕਦਾ ਨਹੀਂ ਆ, ਸਾਰੇ ਲਾਉਂਦੇ ਹੀ ਆ, ਮਤਲਬ ਕਹਿੰਦੇ ਕਿ ਆਪਣੇ ਮਾਂ ਪਿਓ ਵੀ ਕੀ ਸੋਚਦੇ ਨੇ ਵੀ ਆਪਣਾ ਬੱਚਾ ਬਾਹਰ ਜਾਂਦਾ ਹੈ, ਔਰ ਬਾਹਰ ਜਾ ਕੇ ਮਾਂ ਪਿਓ ਨੂੰ ਵੀ ਪਤਾ ਹੁੰਦਾ ਕਿ ਬੱਚਾ ਕਰ ਰਿਹਾ ਕੀ ਨਹੀਂ ਕਰ ਰਿਹਾ। ਮੈਂ ਇਹ ਮੁੰਡੇ ਨੂੰ ਕਹਿਣਾ ਚਾਹੁੰਦਾ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਜੋ ਵੀ ਹੈ, ਮਤਲਬ ਇਕੱਲੇ ਮੁੰਡੇ ਹੀ ਨਹੀਂ ਨਸ਼ਾ ਕਰਦੇ, ਕੁੜੀਆਂ ਵੀ ਨਸ਼ਾ ਕਰਦੀਆਂ ਨੇ, ਮਤਲਬ ਡਰਿੰਕ ਕਰਦੇ ਨੇ, ਸਿਗਰਟ ਵਗੈਰਾ ਕਰਦੇ ਨੇ, ਮੁੰਡੇ ਵੀ ਕਰਦੇ ਆ, ਪਰ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਨਸ਼ਾ ਨਾ ਕੀਤਾ ਜਾਵੇ, ਆਪਣੇ ਸਿਹਤ ਨੂੰ ਵਧੀਆ ਬਣਾਓ। ਹਾਂ, ਨਸ਼ਾ ਕਰਨ ਤੋਂ ਇਲਾਵਾ ਤੁਸੀਂ ਜਿੰਮ ਵਗੈਰਾ ਲੱਗੋ, ਖਾਣਾ ਪੀਣਾ ਵਧਾਓ ਆਪਣਾ, ਔਰ ਵਧੀਆ ਡਾਇਟ ਲਓ, ਅਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਨਸ਼ਾ ਤੋਂ ਥੋੜ੍ਹਾ ਜਿਹਾ ਦੂਰ। ਜਿਹੜੇ ਨਵੇਂ ਮੁੰਡੇ ਕੁੜੀਆਂ ਰਿਐਲਿਟੀ ਸ਼ੋਅ ਜਾਂਦੇ ਆ ਉਹ ਹੀ ਸੋਚਦੇ ਕਿ ਮਾਂ ਪਿਓ ਵੀ ਸੋਚਦੇ ਕਿ ਵੱਡੇ ਵੱਡੇ ਬੱਚਿਆਂ ਨੂੰ ਭੇਜ ਦੀਏ, ਸਾਡਾ ਬੱਚਾ ਬਹੁਤ ਵੱਡਾ ਸਟਾਰ ਬਣ ਜੂਗਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਪਹਿਲਾਂ ਟ੍ਰੇਨ ਕਰਕੇ ਜਾਣਗੇ ਵੈਸੇ ਜਦੋਂ ਜਾਣਾ ਹੁੰਦਾ? ਸਭ ਤੋਂ ਪਹਿਲੀ ਗੱਲ ਤਾਂ ਹੈ ਜਿਹੜਾ ਬੰਦਾ ਟ੍ਰੇਨਿੰਗ ਕਰਦਾ ਉਹੀ ਉਸੇ ਸਟੇਜ 'ਤੇ ਪਹੁੰਚਦਾ, ਇਸ ਤੋਂ ਪਹਿਲਾਂ ਤਾਂ ਜਾਂਦਾ ਨਹੀਂ ਗਾ। ਮਤਲਬ ਜੇ ਬੰਦੇ ਦੀ ਤਿਆਰੀ ਨਾ ਕੀਤੀ ਹੋਵੇ ਤਾਂ ਉਹਨਾਂ ਦਾ ਰੱਬ ਵੀ ਦੇਖ ਰਿਹਾ ਵਾ, ਉਹ ਜਿਹੜੇ ਜੱਜਿਸ ਸੁਣ ਰਹੇ ਨੇ ਉਹ ਵੀ ਦੇਖਦੇ ਨੇ ਵੀ ਕੀ ਬੰਦੇ ਨੇ ਤਿਆਰ ਕੀਤਾ ਹੋਇਆ, ਕੀ ਗਾ ਰਿਹਾ ਵਾ ਜਾਂ ਕੀ ਤਿਆਰੀ ਹੈਗੀ ਇਹਦੀ, ਅਤੇ ਜਿਹੜਾ ਬੰਦਾ ਤਿਆਰੀ ਕਰਦਾ ਵਾ ਉਹੀ ਮਿਹਨਤ ਕਰਦਾ ਆ ਉਹੀ ਅੱਗੇ ਤੱਕ ਜਾਂਦਾ ਹੈ। ਬੋਲੀਵੁੱਡ ਦੇ ਜਾਣ ਦੇ ਮੇਰੇ ਕੋਈ ਤਰੀਕਾ ਹੈ, ਮਤਲਬ ਮੈਂ ਜੋ ਸਿੱਖਿਆ ਵਾ ਉਹ ਮੈਂ ਲੋਕਾਂ ਦੇ ਮੂਹਰੇ ਪੇਸ਼ ਕਰੂੰਗਾ, ਲੋਕਾਂ ਨੂੰ ਚੰਗਾ ਲੱਗੂਗਾ। ਮਤਲਬ ਅੱਜ ਕੱਲ੍ਹ ਦੀ ਜੋ ਵੀ ਜਨਰੇਸ਼ਨ ਸੁਣਨਾ ਚਾਹੁੰਦੀ ਹੈ, ਮਤਲਬ ਉਹ ਗਾਣ ਦੀ ਕੋਸ਼ਿਸ਼ ਕਰਾਂਗੇ, ਅਤੇ ਬਸ ਇਸੇ ਤਰ੍ਹਾਂ ਅੱਗੇ ਬੋਲੀਵੁੱਡ ਦੇ ਵਿੱਚ ਉਹ ਗਾਣਾ ਸੁਣਾ ਦਿਓ, ਤੁਹਾਡਾ ਬਹੁਤ ਫੇਵਰੇਟ ਆ ਜਾਂ ਤੁਸੀਂ ਤੁਹਾਨੂੰ ਬਹੁਤ ਚੰਗਾ ਲੱਗਦਾ। ਓਕੇ ਜੀ, ਮੈਂ ਹਫ਼ਤ ਤੇਰੀ ਖਾਨ ਸਾਹਿਬ ਦਾ ਗਾਣਾ ਸੁਣਦਾ ਹਾਂ ਜੀ। ਸੁਣ ਅਗਲੇ ਹਫ਼ਤੇ ਇੱਕ ਨਵੀਂ ਹਸਤੀ ਇੱਕ ਨਵਾਂ ਐਪੀਸੋਡ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।